ਗੁਲਸ਼ੇਰ ਭਾਈ, ਤੁਹਾਡੇ ਕੋਲੋਂ ਤੁਹਾਡੇ ਸਾਥੀਆਂ ਨੇ ਜਿਹੜੇ ਤੁਹਾਨੂੰ ਵੇਖਦੇ ਨੇ, ਤੁਹਾਨੂੰ ਪਸੰਦ ਕਰਦੇ, ਤੁਹਾਡੇ ਫੈਨਸ, ਅਤੇ ਉਹਨਾਂ ਨੇ ਤੁਹਾਡੇ ਵਾਸਤੇ ਕੁਛ ਖਤੂਤ ਖੱਤ ਭੇਜੇ ਨੇ, ਕੁਛ ਪੈਗਾਮ ਨੇ, ਕੁਛ ਗੱਲਾਂ ਪੁੱਛੀਆਂ, ਕੁਛ ਦੱਸੀਆਂ, ਅਤੇ ਉਹ ਤੁਹਾਡੇ ਤੱਕ ਪਹੁੰਚਾਉਣੀਆਂ। ਪਹਿਲਾਂ ਤਾਂ ਜਨਾਬ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜਾ ਸਾਨੂੰ ਯਾਦ ਕਰਦੇ ਨੇ ਹਮੇਸ਼ਾ ਸਾਡੇ ਵਾਸਤੇ। ਬੜੇ ਇੱਕ ਤੋਹਫ਼ਾ ਦੇ ਮੁਲਕ ਦੇ ਖਤਾਂ ਦੇ ਆਉਂਦੇ ਰਹਿੰਦੇ ਨੇ, ਕਾਬਲੇ ਇਤਰਾਮ ਹੁੰਦੇ ਨੇ, ਕਿਉਂਕਿ ਉਹਨਾਂ ਨਾਲ ਹੀ ਸਾਡੀਆਂ ਬਹਾਰਾਂ ਨੇ, ਉਹ ਹੈਗੇ ਨੇ ਅਤੇ ਸਾਰੇ ਵੀ ਹੈਗੀਆਂ। ਮਿਹਰਬਾਨੀ ਉਹਨਾਂ ਦੀ ਕਿ ਸਾਨੂੰ ਉਹਨਾਂ ਯਾਦ ਰੱਖਿਓ, ਸਵਾਲ ਕੀਤੇ ਨੇ, ਖਤ ਪਹੁੰਚਾਉਣ ਦਾ ਮਿਹਰਬਾਨੀ, ਸ਼ੁਕਰੀਆ ਦਾ ਖਤ ਨਾਲ ਸਾਡੇ ਕੋਲ ਪਹੁੰਚ ਗਏ ਨੇ। ਲਿਹਾਜ਼ਾ ਸਵਾਲ ਦੱਸੋ ਜੀ, ਕੀ ਕਿਹੜੇ ਸਵਾਲ ਨੇ? ਗੁਲਸ਼ੇਰ ਭਾਈ, ਜਿਸ ਨਾਲ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਖਤ, ਲੈਟਰ, ਕਾਰਡ, ਬਹੁਤ ਸਾਰੇ ਤੋਹਫ਼ੇ ਤਹਾਈਫ ਆਉਂਦੇ ਨੇ, ਇੱਥੋਂ ਤੱਕ ਕਿ ਉਹ ਬਹੁਤ ਜ਼ਿਆਦਾ ਢੇਰ ਹੀ ਆ ਗਏ ਨੇ ਮਾਸ਼ਾਅੱਲਾ। ਹਾਂ ਮਾਸ਼ਾਅੱਲਾ ਜੀ, ਅਸੀਂ ਸਾਰੇ ਤੋਹਫ਼ੇ ਯਾਦ ਰੱਖੇ ਨੇ, ਉਹ ਸੰਭਾਲ ਕੇ ਰੱਖੇ ਨੇ ਪੇਪਰਾਂ ਨੂੰ, ਬਲਕਿ ਉਹਨਾਂ ਨੂੰ ਅਸੀਂ ਜਿਲਤਾਂ ਕਰਕੇ ਰੱਖੇ ਹਾਂ। ਕਿਸ ਕਿਸ ਟਾਈਮ ਅਸੀਂ ਬੈਠਦੇ ਹਾਂ ਜੋ ਘਰ ਆਪਣੇ ਬੱਚਿਆਂ ਨੂੰ ਅਤੇ ਆਪਣੇ ਬੱਚਿਆਂ ਅਸੀਂ ਸ਼ੋਅ ਕਰਦੇ ਕਿ ਸਾਨੂੰ ਦੇਖੋ ਕਿੰਨੇ ਕਿੰਨੇ ਚਾਹਾਂ ਲੈ ਜਾਂਦੇ ਸਾਨੂੰ ਤੋਹਫ਼ੇ ਭੇਜ। ਅੱਜ ਦਾ ਜਿਹੜਾ ਪਹਿਲਾ ਜਿਹੜਾ ਤੁਹਾਡੇ ਕੋਲ ਖੱਤ ਹੈਗਾ ਨਾ, ਉਹ ਹੈਗਾ ਸ਼੍ਰੀ ਰਾਮ ਦਾ। ਸ਼੍ਰੀ ਰਾਮ, ਸ਼੍ਰੀ ਰਾਮ, ਸ਼੍ਰੀ ਰਾਮ। ਇਹ ਕਹਿੰਦੇ ਨੇ ਕਿ ਜੀ, ਉਮੀਦ ਹੈ ਕਿ ਤੁਹਾਡਾ ਦਿਨ ਬੜਾ ਅੱਛਾ ਗੁਜ਼ਰਿਆ ਹੋਏਗਾ। ਅਲਹਮਦੁਲਿਲਾ ਜੀ, ਬਹੁਤ ਅੱਛਾ ਗੁਜ਼ਰਿਆ। ਕਹਿੰਦੇ ਨੇ ਕਿ ਮੈਂ ਦੁਨੀਆਂ ਭਰ ਦੇ ਮੁਖਤਲਿਫ ਖਾਣੇ, ਅਤੇ ਜਿਹੜਾ ਤੁਸੀਂ ਖਾਣੇ ਮੁਖਤਲਿਫ ਦੁਨੀਆਂ ਦੇ ਖਾਣੇ ਖਾਂਦੇ ਹੋ, ਉਹਦੇ 'ਤੇ ਜਿਹੜਾ ਤੁਸੀਂ ਰਿਐਕਸ਼ਨ ਦਿੰਦੇ ਹੋ ਉਹਨੂੰ ਟਰਾਈ ਕਰਕੇ, ਤਾਂ ਮੈਨੂੰ ਬੜਾ ਪਸੰਦ ਹੈ। ਚਲੋ ਜੀ, ਮਿਹਰਬਾਨੀ, ਸ਼ੁਕਰੀਆ ਦਾ ਜੀ, ਉਹਨਾਂ ਨੂੰ ਅਸੀਂ ਪਸੰਦ ਹੈਗੇ। ਉਹ ਕਹਿੰਦਾ ਕਿ ਇੱਕ ਦਿਨ ਤੁਸੀਂ ਖੁਦ ਦੂਸਰੇ ਮਮਾਲਿਕ, ਦੂਸਰੇ ਮੁਲਕਾਂ 'ਚ ਜਾਓਗੇ, ਅਤੇ ਉੱਥੇ ਜਿਹੜਾ ਨਾ ਉਮੀਦ ਕਰਨਾ ਕਿ ਤੁਸੀਂ ਕਿਸੇ ਦੂਸਰੇ ਮੁਲਕ 'ਚ ਵੀ ਜਾਓਗੇ, ਦੂਸਰੇ ਮੁਲਕਾਂ ਦੇ ਵੀ ਖਾਣੇ ਵਗੈਰਾ ਖਾਓਗੇ, ਰਿਐਕਸ਼ਨ ਵਗੈਰਾ ਦਿਓਗੇ। ਸਾਫ਼ ਜਦੋਂ ਜਾਵਾਂਗੇ ਸਾਫ਼ ਦੇ ਖਾਣਾ ਤਾਂ ਖਾਣਾ ਹੀ, ਉਹਨਾਂ ਦੇ ਰਿਐਕਸ਼ਨ ਵੀ ਦਿਆਂ। ਗੁਲਸ਼ੇਰ ਭਾਈ, ਉਹ ਕਹਿੰਦੇ ਨੇ ਕਿ ਮੈਂ ਜਿਹੜਾ ਨਾ ਤੁਹਾਡੇ ਚੈਨਲ ਦੇ, ਤੁਸੀਂ ਆਪਣੇ ਚੈਨਲ ਬੜਾ ਅੱਛਾ ਹੋਏਗਾ ਕਿ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਜਿਹੜਾ ਤੁਹਾਡਾ ਆਪਣਾ ਇਲਾਕਾ ਬਲੋਚਿਸਤਾਨ ਹੈ, ਉਹ ਤੁਸੀਂ ਆਪਣੀ ਨਾਜ਼ਰੀਨ ਨੂੰ ਵਿਖਾਓ ਕਿ ਤੁਹਾਡਾ ਬਲੋਚਿਸਤਾਨ ਦਾ ਇਲਾਕਾ ਇੰਨਾ ਮਸ਼ਹੂਰ ਦਾ ਨਾਮ ਨਹੀਂ ਹੈਗਾ, ਲੇਕਿਨ ਜਗ੍ਹਾ ਉੱਥੇ ਬਹੁਤ ਜ਼ਿਆਦਾ ਹੈਗੀਆਂ ਜਿਹੜੀਆਂ ਤੁਸੀਂ ਆਪਣੀ ਆਡੀਅੰਸ ਨੂੰ ਵਿਖਾ ਸਕਦੇ ਹੋ। ਫਿਰ ਉਹਦੇ ਬਾਰੇ ਦੇ ਵਿੱਚ ਕਹਿੰਦਾ ਕਿ ਜਿੰਨੇ ਲੋਕਾਂ ਨੂੰ ਦਿਖਾਓਗੇ ਉਨਾ ਹੀ ਅੱਛਾ ਹੋਏਗਾ। ਫਿਰ ਉਸ ਤੋਂ ਬਾਅਦ ਕਹਿੰਦਾ ਕਿ ਤੁਹਾਨੂੰ ਕੁਸ਼ਤੀ ਬੜੀ ਪਸੰਦ ਹੈ, ਤੁਸੀਂ ਕਿਤੇ ਦੱਸਿਆ ਸੀ, ਅਤੇ ਤੁਹਾਡਾ ਜਿਹੜਾ ਸਭ ਤੋਂ ਚੰਗਾ ਰੈਸਲਰ ਹੈ ਉਹ ਕੌਣ ਹੈਗਾ, ਅਤੇ ਤੁਸੀਂ ਉਹ ਉਸ ਬਾਰੇ ਦੇ ਵਿੱਚ ਵੀ ਨਾ ਆਪਣਾ ਦੱਸੋਗੇ ਕਿਹੜਾ ਚੈਨਲ ਜਿਹੜਾ ਵੇਖਦੇ ਹੋ ਭਲਵਾਨ। ਹਾਂ ਜੀ, ਸਭ ਤੋਂ ਵੱਡੀ ਗੱਲ ਕਿ ਬਲੋਚਿਸਤਾਨ ਇੱਕ ਕਬੀਲਾ ਹੈ, ਇੱਕ ਸ਼ਹਿਰ ਹੈ, ਇੱਕ ਮੁਲਕ ਹੈ, ਇੱਕ ਯਾਨੀ ਕਿ ਸੂਬਾ ਹੈਗਾ ਬਲੋਚਿਸਤਾਨ। ਮੇਰੇ ਜਿਹੜੇ ਖਾਸ ਕਰ ਵੱਡੇ ਸਨ ਉੱਥੋਂ ਦੇ ਸਨ, ਅਸੀਂ ਮੈਂ ਬੇਸਿਕਲ ਜ਼ਿਲ੍ਹਾ ਸੱਖਰ ਗੋਟਕੀ ਸ਼ਹਿਰ ਦੀ, ਮੇਰੀ ਡੈਟ ਆਫ ਬਰਥ ਹੈਗੀ ਹੈ। ਬਲੋਚਿਸਤਾਨ ਸਾਡੇ ਵੱਡੇ ਅਜੇ ਵੀ ਉੱਥੇ ਨੇ, ਫਿਰ ਆਸੇ ਆਸੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਬੀਲੇ ਹੁੰਦੇ ਗਏ, ਇਸ ਤਰ੍ਹਾਂ ਅਸੀਂ ਵੀ ਚੱਲਦੇ ਫਿਰਦੇ ਪਹੁੰਚ ਗਏ ਇੱਥੇ ਤੱਕ। ਹਾਂ, ਬਾਕੀ ਇਹ ਕੁਛ ਚੀਜ਼ ਤਰ੍ਹਾਂ ਕਿ ਅਸੀਂ ਦੇਸੀ ਲੋਕ ਹਾਂ, ਇਹ ਸ਼ਹਿਰਾਂ ਜਿਹੀਆਂ ਨੇ ਉਹਨਾਂ ਦੀਆਂ ਕਿਟਕਟਾਂ ਜੇ ਉਹ, ਸਾਡੇ ਜੇ ਦੇਸੀ ਲੋਕ ਜਾਂ ਬਾਂਹ ਫੜਨੀ, ਵੇਟ ਚੁੱਕਣੇ ਅਤੇ ਕੁਸ਼ਤੀਆਂ ਖੇਡਣੀਆਂ, ਕਿਉਂਕਿ ਉਹ ਸਾਨੂੰ ਪਸੰਦ ਨੇ, ਕਿਉਂਕਿ ਅਸੀਂ ਆਪਸ ਵਿੱਚ ਵੀ ਕੁਸ਼ਤੀਆਂ ਖੇਡਦੇ ਰਹਿੰਦੀਆਂ, ਮੇਲੇ ਅਕਸਰ ਲੱਗਦੇ ਰਹਿੰਦੇ ਨੇ ਸਾਡੇ ਕੁਸ਼ਤੀਆਂ ਦੇ, ਇਹਦੇ ਵਾਸਤੇ ਅਸੀਂ ਕੁਸ਼ਤੀ ਬੜੇ ਸ਼ੌਕ ਨਾਲ ਵੇਖਦੇ ਹਾਂ ਅਤੇ ਖੇਡਦੇ ਹਾਂ। ਅਤੇ ਕੋਈ ਪਸੰਦੀਦਾ ਭਲਵਾਨ? ਹਾਂ, ਸਾਡੇ ਜਿਹੜੇ ਪਸੰਦੀਦੇ ਭਲਵਾਨ ਉਹ ਤਾਂ ਸਾਡੇ ਆਪਣੇ ਇਲਾਕੇ 'ਚ ਮਾਸ਼ਾਅੱਲਾ ਬੜੇ ਬੜੇ ਸੋਹਣੇ ਸੋਹਣੇ ਜਵਾਨ ਨੇ, ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ, ਉਹ ਖੇਡਦੇ ਨੇ ਉਹ, ਕਿਉਂਕਿ ਅਸੀਂ ਰੈਕਸਿੰਗ ਵਗੈਰਾ ਦੇ ਵੇ, ਅਸੀਂ ਤਾਂ ਆਪਣੇ ਦੇਸੀ ਦੇ ਤਰੀਕੇ ਨਾਲ ਖੇਡਦੇ ਹਾਂ, ਉਹੀ ਵੇਖਦੇ ਹਾਂ ਅਤੇ ਉਹੀ ਸਾਰੀ ਇੰਜੋਏ ਕੀਤੀ ਰੱਖਦੇ ਹਾਂ। ਹਾਂ ਵੈਸੇ ਭਾਈ ਜਾਨ, ਉਹਨਾਂ ਨੇ ਦਾਵਤ ਦਿੱਤੀ ਹੈ ਸਾਜਿਦ ਭਾਈ, ਮੈਂ ਬਲਕਿ ਤੁਹਾਨੂੰ ਦਾਵਤ ਦੇ, ਚਲੋ ਮੇਰੇ ਸ਼ਹਿਰ 'ਚ, ਮੇਰੇ ਇਲਾਕੇ ਬਲੋਚਿਸਤਾਨ ਵਿੱਚ ਜੀ ਜ਼ਰੂਰ, ਉੱਥੇ ਜਾ ਕੇ ਮਾਸ਼ਾਅੱਲਾ ਬੜੀ ਬੜੀ ਖੂਬਸੂਰਤ ਜਗ੍ਹਾ ਨੇ, ਜਾ ਕੇ ਤੁਹਾਨੂੰ ਬੜੀ ਬੜੀ ਖੂਬਸੂਰਤ ਜਗ੍ਹਾ ਜਾ ਕੇ ਵੀਡੀਓ ਬਣਾਓ, ਸਾਡੇ ਆਡੀਅੰਸ ਨੂੰ ਵੀ ਦਿਖਾਓ ਕਿ ਸਾਡਾ ਬਲੋਚਿਸਤਾਨ
ਕੈਸਾ ਸ਼ਹਿਰ ਹੈ, ਕਿੰਨਾ ਖੂਬਸੂਰਤ ਸ਼ਹਿਰ ਹੈ, ਕਿਉਂਕਿ ਪਹਾੜ ਹੀ ਪਹਾੜ, ਸਬਜ਼ੀ ਸਬਜ਼ ਨੇ। ਬਲੂਚਿਸਤਾਨ ਦਾ ਇੱਕ ਵੱਖਰਾ ਹੀ ਨਜ਼ਾਰਾ ਹੈਗਾ, ਕਿਉਂਕਿ ਜਿਵੇਂ ਹਰ ਮੁਲਕ ਦੇ ਆਪਣੇ ਆਪਣੇ ਨਜ਼ਾਰੇ ਨੇ, ਸਾਡੇ ਹੀ ਬਲੂਚਿਸਤਾਨ ਦਾ ਵੱਖਰਾ ਨਜ਼ਾਰਾ ਹੈਗਾ, ਕਿਉਂਕਿ ਸਾਨੂੰ ਨਾਲ ਦਰਿਆ ਸਿੰਧ ਪਤਾ ਕਿਹੜੇ ਕਿਹੜੇ ਦਰਿਆ ਜੇ ਉਹ ਲੱਗਦੇ ਰਹਿੰਦੇ ਨੇ। ਫਿਰ ਅੰਗੂਰ, ਐਸੀਆਂ ਚੀਜ਼ਾਂ ਨੇ ਮੇਰੇ ਇਲਾਕੇ ਇਸ ਟਾਈਮ, ਖਜੂਰ ਬਹੁਤ ਜ਼ਿਆਦਾ ਹੋ ਰਹੀ ਆ, ਐਸੀਆਂ ਚੀਜ਼ਾਂ ਨੇ, ਬੜੀਆਂ ਬੜੀਆਂ ਖੂਬਸੂਰਤ ਜਗ੍ਹਾ ਬਣੀਆਂ ਹੋਈਆਂ ਨੇ। ਚਲੋ ਕਦੇ ਜਾ ਕੇ ਵੀਡੀਓ ਬਣਾਉਂਦੇ ਆ ਜਾ ਕੇ, ਜ਼ਰੂਰ ਸਾਡਾ ਜ਼ਰੂਰ ਆਡੀਅੰਸ ਨੂੰ ਦਿਖਾਉਂਦੇ ਹਾਂ ਬਲੋਚਿਸਤਾਨ ਕੀ ਚੀਜ਼ ਹੈ, ਕਿਹੜਾ ਸਾਡਾ ਖੂਬਸੂਰਤ ਸ਼ਹਿਰ ਹੈ। ਅੱਛਾ ਰੋਬਰਟ ਹੈਗੇ ਨੇ, ਉਹ ਕਹਿੰਦੇ ਨੇ ਕਿ ਮੈਨੂੰ ਤੁਹਾਡੀਆਂ ਮਾਸ਼ਾਅੱਲਾ ਜਿਹੜੀਆਂ ਸ਼ਾਨਦਾਰ ਮੁੱਛਾਂ ਨੇ ਬੜੀਆਂ ਅੱਛੀਆਂ ਲੱਗਦੀਆਂ ਹੈਗੀਆਂ। ਅੱਛਾ ਜੀ, ਹਾਂਜੀ, ਮੁੱਛਾਂ ਜਿਹੜੀਆਂ ਮੇਰੇ ਇੱਕ ਤਾਂ ਕਬੀਲੇ ਦੀਆਂ ਵੀ ਹੈਗੀਆਂ ਨੇ, ਫਿਰ ਬਲੋਚਿਸਤਾਨ ਸਾਈਡ ਦਾ ਹੈਗਾ, ਕਿਉਂਕਿ ਉਹ ਸਾਡੇ ਮੁੱਛ ਬੜੀ ਵੱਡੀ ਵੱਡੀ, ਅਤੇ ਮੁੱਛਾਂ ਦੀ ਬੜੀ ਸੇਵਾ ਕੀਤੀ ਜਾਂਦੀ ਹੈ, ਇੱਕ ਸਾਡਾ ਸ਼ਾਨ ਹੁੰਦਾ। ਮੁੱਛ ਅਤੇ ਪੱਗ ਅਸੀਂ ਬੜੇ ਸ਼ੌਕ ਨਾਲ ਬੰਨਦੇ ਹਾਂ, ਔਰ ਪਤਾ ਲੱਗਦਾ ਕਿਹੜਾ ਕਬੀਲਾ ਕਿੱਥੋਂ ਦਾ ਹੈਗਾ, ਕੌਣ ਹੈਗਾ। ਸਾਡੀ ਮੁੱਛ ਪੱਗ ਜਿਹੜੀ ਇੱਕ ਪਹਿਚਾਣ ਹੈਗੀ ਹੈ। ਮੁੱਛ ਦੇ ਅੰਦਰ ਪੰਜਾਬੀ ਦੀ ਇੱਕ ਕਹਾਵਤ ਹੈ ਜਿਹੜੇ ਸੁਣਦੇ ਹੋਏ ਅਕਸਰ ਸੁਣਿਆ ਹੈਗਾ ਬਹੁਤ ਸਾਰੇ ਲੋਕਾਂ ਨੇ, ਮੁੱਛ ਨਹੀਂ ਅਤੇ ਕੁਛ ਨਹੀਂ। ਅੱਛਾ ਗੁਲਸ਼ੇਰ ਭਾਈ, ਇਹ ਤੁਹਾਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਜਦੋਂ ਹੱਸਦੇ ਹੋ ਮੈਨੂੰ ਬੜੇ ਅੱਛਾ ਲੱਗਦਾ, ਤੁਹਾਡੇ ਹੱਸਣ ਦਾ ਅੰਦਾਜ਼ ਖੁੱਲ੍ਹ ਕੇ ਜਿਹੜਾ ਹੱਸਦੇ ਹੋ, ਅੱਲਾਹ ਤਾਲਾ ਖੁਸ਼ੀ ਵੀ ਦਿੰਦਾ, ਖੁਸ਼ੀ ਬੜੇ ਹਾਸੇ ਵੀ ਆਉਂਦੇ ਨੇ, ਕਿਉਂਕਿ ਖੁਸ਼ੀ ਦਾ, ਕਿਉਂਕਿ ਸਾਡਾ ਖਾਸ ਕਰਕੇ ਚੈਨਲ ਜਿਹੜਾ ਹੈਗਾ ਖੁਸ਼ੀ ਦਾ ਇੱਕ ਮਾਹੌਲ ਇੰਜੋਏ ਟਰੈਵਲ ਪਿਆ, ਅਸੀਂ ਇੱਕ ਤਾਂ ਚੀਜ਼ਾਂ ਟਰਾਈ ਕਰਦੇ ਰਹਿੰਦੇ ਹਾਂ ਮੁਖਤਲਿਫ ਇਲਾਕਿਆਂ ਦੇ, ਮੁਖਤਲਿਫ ਸ਼ਹਿਰਾਂ ਦੇ, ਮੁਖਤਲਿਫ ਮੁਲਕਾਂ ਦੇ ਇੰਜੋਏ ਕਰਦੇ ਹਾਂ, ਸਾਨੂੰ ਉਹਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ, ਹਾਸਾ ਸ਼ੁਗਲ ਮੇਲਾ ਵੀ ਚੱਲਦਾ ਰਹਿੰਦਾ। ਗੁਲਸ਼ੇਰ ਭਾਈ, ਰੋਬਰਟ ਭਾਈਆ ਵੀ ਕਹਿੰਦੇ ਹੈਗੇ ਨੇ ਕਿ ਤੁਸੀਂ ਜਦੋਂ ਖਾਣੇ ਪੀਣੇ ਦੀ ਆਪਣੇ ਲੋਕਲ ਖਾਣਿਆਂ ਦੇ ਬਾਰੇ 'ਚ ਦੱਸਦੇ ਹੋ ਨਾ, ਅਤੇ ਉਹ ਦੱਸਦੇ ਹੋ ਕਿ ਉਹਦੀ ਤਰਕੀਬ ਵੀ ਦੱਸਦੇ ਹੋ ਕਿ ਉਹਦੇ 'ਚ ਇਹ ਪਾਇਆ ਅਤੇ ਇਹ ਪਾਇਆ, ਸਾਨੂੰ ਉਹ ਵੀ ਬੜਾ ਅੱਛਾ ਲੱਗਦਾ ਹੈਗਾ, ਤੁਸੀਂ ਆਪਣੇ ਰਵਾਇਤੀ ਖਾਣੇ ਵੀ ਦੱਸਦੇ ਹੋ ਸਾਨੂੰ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਅੰਮੀ ਸਾਡੀ ਵਾਲਦਾ ਸਾਹਿਬਾ ਇਸ ਤਰ੍ਹਾਂ ਬਣਾਉਂਦੇ ਸੀ, ਅਤੇ ਇਹ ਚੀਜ਼ ਉਹ ਕਹਿੰਦੇ ਸਾਨੂੰ ਪਸੰਦ ਹੈ। ਹਾਂਜੀ, ਉਹ ਦੇਸੀ ਕਬੀਲਿਆਂ ਦੇ ਜਿਹੜੇ ਖਾਣੇ ਵਗੈਰਾ ਅਸੀਂ ਸ਼ਹਿਰਾਂ ਦੇ ਖਾਂਦੇ ਹਾਂ, ਸਾਨੂੰ ਵੀ ਆਪਣੇ ਦੇਸੀ ਯਾਦ ਆਉਂਦੇ ਨੇ ਕਿ ਸਾਡੀ ਵਾਲਦਾ ਸਾਹਿਬਾਂ ਇਹ ਚੀਜ਼ਾਂ ਪਕਾ ਕੇ ਸਾਨੂੰ ਖਵਾਉਂਦੀ ਰਹਿੰਦੀ ਹੈ। ਅਕਸਰ ਕੋਈ ਖਾਣੇ ਐਸੇ ਰਲਦੇ ਮਿਲਦੇ ਹੁੰਦੇ ਤਾਂ ਸਾਨੂੰ ਫਿਰ ਆਪਣੀ ਵੀ ਯਾਦ ਆਉਂਦੀ ਕਿ ਅਸੀਂ ਆਪਣੇ ਕਬੀਲੇ ਦਾ ਵੀ ਨਾਲ ਨਾਲ ਦੱਸ ਦੇ ਕਿ ਸਾਡਾ ਦੇਸੀ ਰਵਾਇਤ ਇਹ ਹੈ। ਅਗਲਾ ਖੱਤ ਹੈਗਾ ਸਟੀਫਨ ਦਾ, ਸਟੀਫਨ ਸਾਹਿਬ, ਸਟੀਫਨ ਦਾ, ਸਟੀਫਨ ਕਹਿੰਦੇ ਨੇ ਕਿ ਗੁਲਸ਼ੇਰ ਭਾਈ ਮੈਨੂੰ ਤੁਹਾਡੀਆਂ ਮੁੱਛਾਂ ਬੜੀਆਂ ਪਸੰਦ ਨੇ, ਬੜੀ ਸ਼ਾਨਦਾਰ ਮੁੱਛਾਂ ਨੇ ਤੁਹਾਡੀਆਂ। ਵੈਰੀ ਗੁੱਡ ਜੀ, ਸ਼ੁਕਰੀਆ ਜੀ, ਤੁਹਾਨੂੰ ਸਾਡੀਆਂ ਮੁੱਛਾਂ ਪਸੰਦ ਨੇ। ਬਲਕਿ ਤੁਸੀਂ, ਮੈਂ ਇਹਦੇ 'ਚ ਐਡ ਕਰਨਾ, ਜਦੋਂ ਗੁਲਸ਼ੇਰ ਭਾਈ ਅਤੇ ਅਸੀਂ ਦੁਬਈ ਦਾ ਵਿਜ਼ਿਟ ਕਰਨ ਗਏ ਸੀ, ਉੱਥੇ ਮੁਖਤਲਿਫ ਖਾਣਿਆਂ ਨੂੰ ਟਰਾਈ ਕਰਨ ਗਏ ਸੀ, ਅਤੇ ਉੱਥੇ ਵੀ ਤਕਰੀਬਨ ਜਹਾਜ਼ ਤੋਂ ਲੈ ਕੇ ਅਤੇ ਵਾਪਸ ਆਉਣ ਤੱਕ ਕੋਈ ਐਸਾ ਬੰਦਾ ਨਹੀਂ ਸੀ ਜਿਹੜਾ ਚਾਹੁੰਦਾ ਨਹੀਂ ਸੀ ਇਹਨਾਂ ਨੂੰ ਰੁਕ ਕੇ ਇਹਦਾ ਰਾਜ਼ ਪੁੱਛਣਾ ਕਿ ਇੰਨੀਆਂ ਵੱਡੀਆਂ ਮੁੱਛਾਂ ਤੁਸੀਂ ਕਿਸ ਨਾਲ ਰੱਖ ਲਈਆਂ। ਹਾਂਜੀ, ਮਾਸ਼ਾ, ਜਦੋਂ ਮੈਂ ਦੁਬਈ ਗਿਆ, ਕਈ ਲੋਕਾਂ ਨੇ ਮੇਰੇ ਨਾਲ ਖਲੋ ਕੇ ਤਸਵੀਰਾਂ ਬਣਵਾਈਆਂ, ਤਸਵੀਰਾਂ ਖਿੱਚੀਆਂ ਸੀ, ਜਿੱਥੇ ਬਲਕਿ ਅਸੀਂ ਨਹੀਂ ਹੱਸਦੇ, ਉਹ ਲੋਕ ਹੱਸਦੇ ਸਨ, ਯਾਰ ਇੰਨੇ ਅਜੀਬ ਜਿਹਾ, ਕਿਉਂਕਿ ਇੱਕ ਸਾਡਾ ਪਗੜੀ ਦਾ ਅੰਦਾਜ਼, ਇੱਕ ਮੁੱਛ ਦਾ ਅੰਦਾਜ਼, ਕਿਉਂਕਿ ਅਸੀਂ ਹੈਗੇ ਦੇਸੀ ਬੰਦੇ, ਕਿਉਂਕਿ ਅਸੀਂ ਇਹਦੇ ਵਾਸਤੇ ਦੇਸੀ ਵਾਲਾ ਹਿਸਾਬ, ਕਈ ਬੰਦੇ ਸਾਡੇ ਨਾਲ ਖੁਸ਼ ਹੋ ਕੇ ਤਸਵੀਰਾਂ ਬਣਾਉਂਦੇ ਸਨ, ਹੱਸਦੇ ਸਨ, ਖੇਡਦੇ ਸਨ। ਗੁਲਸ਼ੇਰ ਭਾਈ, ਇਹਦੀ ਇਹ ਵਜ੍ਹਾ ਵੀ ਹੋ ਸਕਦੀ ਹੈ ਨਾ ਕਿ ਬਹੁਤ ਸਾਰੇ ਲੋਕਾਂ ਨੂੰ ਮੁੱਛਾਂ ਰੱਖਣਾ ਪਸੰਦ ਨਾ, ਲੇਕਿਨ ਉਹ ਨਹੀਂ ਰੱਖ ਸਕਦੇ ਜਾਂ ਇੰਨੀਆਂ ਵੱਡੀਆਂ ਨਹੀਂ ਹੁੰਦੀਆਂ ਹੁੰਦੀਆਂ, ਅਤੇ ਉਹ ਫਿਰ ਤੁਹਾਡੇ ਕੋਲ ਇੰਪ੍ਰੈਸ ਹੁੰਦੇ ਨੇ ਕਿ ਯਾਰ ਇਹ ਕਸ਼ਤ ਤੁਸੀਂ ਠਾਇਆ। ਹਾਂਜੀ ਸਾਹਿਬ, ਦੇਖੋ ਮੁੱਛਾਂ ਮਾਸ਼ਾਂ ਸਾਡੀਆਂ ਕਿੱਡੀਆਂ ਕਿੱਡੀਆਂ ਵੱਡੀਆਂ ਨੇ, ਕੰਨਾਂ ਦੇ ਉੱਤੇ ਚਲੀਆਂ ਜਾਂਦੀਆਂ, ਅਸੀਂ ਪੱਗਾਂ ਵੀ ਬੰਨਦੇ ਇੰਨੀਆਂ, ਕਿ ਇਹਨੂੰ ਸੰਭਾਲਣਾ, ਇਹਨਾਂ ਦਾ ਸ਼ੌਕ ਪੂਰਾ ਕਰਨਾ, ਇਹ ਵੀ ਕੋਈ ਸ਼ੌਕ ਹੈਗਾ, ਅਤੇ ਸੰਭਾਲ ਕਰਨੀ ਪੈਂਦੀ ਹੈ।
ਅੱਛਾ ਇਹਦੇ 'ਚ ਇੱਕ ਹੋਰ ਚੀਜ਼ ਹੈਗੀ ਹੈ ਕਿ ਤੁਸੀਂ ਇਹਨਾਂ ਦੇ ਬਲੋਚਿਸਤਾਨ 'ਚ ਇਹਨਾਂ ਦੇ ਕਬਾਇਲ 'ਚ ਤੁਸੀਂ ਜਾਓਗੇ ਨਾ ਅਤੇ ਤਕਰੀਬਨ ਜਿੰਨੇ ਲੋਕ ਬੈਠੇ ਹੋਣਗੇ ਅਫਰਾਦ ਉਹਨਾਂ ਸਭ ਦੀਆਂ ਹੀ ਇਸ ਤਰ੍ਹਾਂ ਦੀਆਂ ਮੁੱਛਾਂ ਨੇ। ਇੱਥੋਂ ਤੱਕ ਕਿ ਗੁਲਸ਼ੇਰ ਭਾਈ ਦੇ ਜਿਹੜੇ ਸਗੇ ਭਾਈ ਨੇ ਇਹਨਾਂ ਦੀਆਂ ਮੁੱਛਾਂ ਵੀ ਇਸ ਤਰ੍ਹਾਂ, ਇਹਨਾਂ ਦੇ ਵਾਲਿਦ ਦੀਆਂ ਮੁੱਛਾਂ ਵੀ ਇਸੇ ਤਰ੍ਹਾਂ ਹੀ ਹੈ, ਇਹਨਾਂ ਦੇ ਪੂਰੇ ਖਾਨਦਾਨ ਦੀਆਂ ਮੁੱਛਾਂ ਇਸ ਤਰੀਕੇ ਨਾਲ ਹੈਗੀਆਂ। ਔਰ ਅਸੀਂ ਜਦੋਂ ਜਾਵਾਂਗੇ ਸਾਨੂੰ ਕਬੀਲਿਆਂ ਨੂੰ ਉੱਠ ਕੇ ਸਲਾਮ ਦੱਸਣਗੇ ਕਿ ਜੀ ਮੁਜਾਹਿਦ ਕਬੀਲੇ ਦੇ ਬੰਦੇ ਨੇ, ਇਹ ਕਬੀਲਾ ਫਲਾਣਾ ਤਲਕਾ, ਕਿਉਂਕਿ ਸਾਡਾ ਇੱਕ ਡਿਜ਼ਾਇਨ, ਸਾਡੀ ਚਾਲ ਚਲਨ, ਹੁਣ ਵੇਖੋ ਨਾ ਸਾਡੀ ਮੁੱਛ ਵੱਡੀ ਹੁੰਦੀ ਹੈ, ਪੱਗ ਤਕਰੀਬਨ 12 ਗਜ਼, ਸਾਡੀ 12-12 ਗਜ਼ ਦੀ ਸਲਵਾਰ ਹੁੰਦੀ ਹੈ, ਲੋਕਾਂ ਨੂੰ ਦੋ ਸੂਟ ਬਣਦੇ ਉਹਦੇ 'ਤੇ, ਕਿਉਂਕਿ ਕਬਾਇਲੇ ਦੇ ਰਿਵਾਇਤ ਦੇ ਨਾਲ ਚੱਲਣਾ ਪੈਂਦਾ। ਸਾਡਾ ਮਤਲਬ ਕਿ ਆਪਣੇ ਕਬੀਲੇ ਦੇ ਹਿਸਾਬ ਨਾਲ ਹਰ ਚੀਜ਼ ਅਸੀਂ ਪਸੰਦ ਕਰਦੇ ਹਾਂ, ਪਾਉਂਦੇ ਹਾਂ, ਇਹਦੇ ਵਾਸਤੇ ਸਾਨੂੰ ਇਹ ਚੀਜ਼ ਅੱਛੀਆਂ ਲੱਗਦੀਆਂ ਨੇ। ਗੁਲਸ਼ੇਰ ਭਾਈ ਅਗਲਾ ਖੱਤ ਹੈਗਾ ਡੌਨ ਦਾ। ਚਲੋ ਜੀ, ਮਿਹਰਬਾਨੀ ਡੌਨ ਸਾਹਿਬ ਕਿ ਸਾਨੂੰ ਯਾਦ ਕੀਤਾ ਜੀ। ਕਹਿੰਦੇ ਨੇ ਤੁਸੀਂ ਆਪਣੇ ਪਿੰਡ ਦੀਆਂ ਜਿਹੜੀਆਂ ਕਹਾਣੀਆਂ ਦੱਸਦੇ ਹੋਗੇ ਉਹਨਾਂ ਦੇ ਲਈ ਬੜਾ ਸ਼ੁਕਰੀਆ। ਫਿਰ ਉਹ ਕਹਿੰਦੇ ਨੇ ਕਿ ਜਿਹੜਾ ਹੈਗਾ ਜਿਹੜੇ ਖਾਣਿਆਂ ਦੇ ਤੁਸੀਂ ਰਿਐਕਸ਼ਨ ਦਿੰਦੇ ਹੋ ਰੰਗ ਬਿਰੰਗੇ ਖਾਣਿਆਂ ਦਾ, ਅਤੇ ਮੈਨੂੰ ਮੈਂ ਬੜਾ ਲੁਤਫ ਅੰਦੋਜ਼ ਹੁੰਦਾ ਹਾਂ ਉਹ ਤੁਹਾਡੀਆਂ ਗੱਲਾਂ ਸੁਣ ਕੇ। ਬੜੀ ਮਿਹਰਬਾਨੀ ਜੀ, ਉਹਦਾ ਸ਼ੁਕਰੀਆ। ਦੇਖੋ ਜੀ, ਕਹਾਣੀਆਂ ਜਿਹੜੇ ਇਨਸਾਨ ਜਦੋਂ ਐਸੀ ਯਾਦ ਬੈਠੇ ਤਾਂ ਆਪਣਾ ਬਚਪਨ ਵਕਤਿਆ ਉਹ ਵਕਤ ਗੁਜ਼ਰਿਆ ਹੋਇਆ ਹਮੇਸ਼ਾ ਹੀ ਯਾਦ ਆਉਂਦਾ। ਜਦੋਂ ਅਕਸਰ ਮੈਂ ਦੁਬਈ 'ਤੇ ਬੈਠਾ ਸਾਂ ਜਹਾਜ਼ 'ਤੇ, ਮੈਨੂੰ ਮੁਤਮਿਨ ਨਹੀਂ ਸੋਚਦਾ ਵਾਕਈ ਮੈਂ ਜਹਾਜ਼ 'ਤੇ ਬਹਿ ਰਿਹਾ, ਕਿਉਂਕਿ ਪਹਿਲੇ ਕਿ ਦਫ਼ਾ ਮੈਨੂੰ ਕੋਈ ਨਕਲੀ ਜਹਾਜ਼ 'ਤੇ ਬਿਠਾ ਕੇ ਚਲਾ ਗਿਆ ਸੀ ਜੀ ਦੁਬਈ ਜਾ ਰਹੇ ਹਾਂ। ਉਹ 3 ਘੰਟੇ ਬਾਅਦ ਮੈਂ ਕਿਹਾ ਜੀ ਇੱਥੇ ਗਏ ਉੱਥੋਂ ਥੱਲੇ, ਅਸੀਂ ਕਹੋ ਉੱਥੇ ਉਹਨੇ ਕਹਿੰਦੇ ਜੀ ਨਾ ਵੀ ਇੱਥੇ। ਜਦੋਂ ਫਿਰ ਮੈਂ ਦੁਬਈ ਗਿਆ ਤਾਂ ਮੈਨੂੰ ਇਹ ਸ਼ੱਕ ਪੈਂਦਾ ਸੀ ਕਿਤੇ ਫਿਰ ਤਾਂ ਨਹੀਂ ਇਹੋ ਜਿਹਾ ਕੰਮ ਹੁੰਦਾ। ਜਦੋਂ ਮੈਂ ਜਹਾਜ਼ 'ਚ ਬਹਿ ਕੇ ਪਰਵਾਹ ਹੋਇਆ, ਫਿਰ ਮੈਨੂੰ ਪਤਾ ਲੱਗਾ ਕਿ ਵਾਕਈ ਵੀ ਅੱਜ ਅਸੀਂ ਦੁਬਈ ਜਾ ਰਹੇ ਹਾਂ। ਅੱਛਾ ਗੁਲਸ਼ੇਰ ਭਾਈ, ਅਗਲਾ ਖੱਤ ਹੈਗਾ ਕੈਟਸ ਦਾ। ਸ਼ੁਕਰੀਆ ਜਨਾਬ, ਕੈਟਸ ਸਾਹਿਬ ਦਾ ਖੱਤ ਮਿਲਿਆ ਸਾਨੂੰ। ਉਹ ਕਹਿ ਰਹੇ ਨੇ ਕਿ ਮੈਂ ਅਮੈਰੀਕਾ ਦੇ ਵਿੱਚ ਗ੍ਰੈਂਡ ਰੈਪਿਡਸ ਮਿਸ਼ੀਗਨ 'ਚ ਰਹਿੰਦਾ, ਜਗ੍ਹਾ ਦਾ ਨਾਮ ਹੈਗਾ। ਅੱਛਾ ਜੀ, ਉਹ ਇੱਕ ਰਿਆਸਤ ਹੈ, ਇੱਕ ਦਸਤਾਨੇ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਅਮੈਰੀਕਾ ਦੀ। ਕਹਿੰਦਾ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਖਾਬ ਕੀ ਨੇ। ਮਿਸਾਲ ਦੇ ਤੌਰ 'ਤੇ ਕਹਿੰਦਾ ਕਿ ਅਸੀਂ ਸਾਰੇ ਚਾਹੁੰਦੇ ਹੈਗੇ ਹਾਂ ਕਿ ਪੂਰੀ ਦੁਨੀਆ 'ਚ ਅਮਨ ਹੋਵੇ, ਅਤੇ ਤੁਸੀਂ ਕੀ ਚਾਹੁੰਦੇ ਹੋ? ਮਿਸਾਲ ਦੇ ਤੌਰ 'ਤੇ ਆਪਣੇ ਬੱਚਿਆਂ ਨੂੰ ਤੁਸੀਂ ਯੂਨੀਵਰਸਿਟੀ 'ਚ ਗ੍ਰੈਜੂਏਟ ਹੁੰਦਾ ਵੇਖਣਾ, ਪੜ੍ਹੇ ਡਿਗਰੀ ਲੈਂਦਾ ਵੇਖਣਾ ਚਾਹੁੰਦੇ ਹੋ, ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਸ਼ਿਫਟ ਹੋਵੋ, ਜਾਂ ਤੁਸੀਂ ਆਪਣੇ ਪੋਤੇ ਪੋਤੀਆਂ ਦੀ ਸ਼ਾਦੀ ਦੇਖਣਾ ਚਾਹੁੰਦੇ ਹੋ, ਜਾਂ ਤੁਸੀਂ ਤੁਹਾਡਾ ਖਾਬ ਕੀ ਹੈਗਾ, ਜਿਹੜਾ ਤੁਹਾਡੇ ਕਿਸ ਤਰੀਕੇ ਨਾਲ ਸੋਚਦੇ ਹੋ, ਤੁਸੀਂ ਉਹ ਇਹਨਾਂ ਨਾਲ ਸ਼ੇਅਰ ਕਰੋ ਕੈਟਸ ਦੇ ਨਾਲ। ਹਾਂਜੀ, ਸਭ ਤੋਂ ਵੱਡੀ ਗੱਲ ਹੈ ਜੀ, ਮੁਸਲਮਾਨ ਦਾ ਇਖਲਾਕ, ਮੁਹੱਬਤ, ਅਮਨ ਚੈਨ। ਫਿਰ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਦਿਲ ਦਾ ਖਾਬ ਸੀ, ਸੋਹਣੇ ਦਾ ਘਰ ਵੇਖਣਾ। ਪਿਛਲੇ ਸਾਲ ਜੀ ਮੈਂ ਹੱਜ 'ਤੇ ਸਾਂ, ਔਰ ਮੇਰੀ ਵੀ ਕੋਸ਼ਿਸ਼ ਸੀਗੀ ਮੈਂ ਆਪਣੀ ਵਾਲਦਾ ਨੂੰ, ਆਪਣੇ ਬੱਚਿਆਂ ਨੂੰ ਹੱਜ ਕਰਾਵਾਂ। ਦੇਖੋ, ਸਭ ਤੋਂ ਵੱਡੀ ਗੱਲ ਮੁਸਲਮਾਨ ਦੀ ਖੁਆਇਸ਼ ਹੀ, ਖਾਬ ਹੀ ਇਹੀ ਹੁੰਦਾ। ਦੂਸਰਾ ਖੁਆਬ, ਇਨਸਾਨ ਜਦੋਂ ਉੱਠਦਾ ਹੈ ਨਵੇਂ ਤੋਂ ਨਵੀਂ ਖੁਆਇਸ਼ ਵੱਧਦੀ ਜਾਂਦੀ ਹੈ। ਰਿਜ਼ਕ ਤਾਂ ਆਪਣੇ ਦੇਣੇ ਦੇਣਾ ਜੋ ਮੁਕਰਦਿਆਂ ਲਿਖਿਆ ਹੋਇਆ, ਲੇਕਿਨ ਹਰ ਬੰਦੇ ਕੋਸ਼ਿਸ਼ ਨਹੀਂ ਕਿ ਮੇਰਾ ਬੱਚਾ ਇੱਕ ਅੱਛੀ ਜਗ੍ਹਾ 'ਤੇ ਪੜ੍ਹ ਲਿਖ ਜਾਵੇ, ਅੱਛੀ ਜਗ੍ਹਾ 'ਤੇ ਫਜ਼ੀਲਟੀ ਹੋਵੇ ਉਹਦੇ ਕੋਲ, ਅੱਛੀ ਜਗ੍ਹਾ 'ਤੇ ਗ੍ਰੈਜੂਏਟੀ ਹੋਵੇ। ਕਿਉਂਕਿ ਪਹਿਲੇ ਸਾਡੇ ਜਿਹੜੇ ਬਲੂਚਿਸਤਾਨ ਸਾਈਡ 'ਤੇ ਬਹੁਤ ਘੱਟ ਸ਼ਾਦਰ ਨਜ਼ਰ ਪੜ੍ਹਦੇ, ਕਿਉਂਕਿ ਉੱਥੇ ਸਰਦਾਰੀ ਨਿਜ਼ਾਮ ਸੀਗਾ। ਜਦੋਂ ਦਾ ਅਸੀਂ ਸਰਦਾਰੀ ਨਿਜ਼ਾਮ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਸਰਦਾ ਉੱਥੇ ਅਸੀਂ ਬੈਠੇ, ਸਾਡੇ ਬੱਚੇ ਵੀ ਬੈਠਣ। ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਸੋਹਣਾ ਘਰ ਮਦੀਨੇ ਵਾਲਾ ਜਿਹੜਾ ਅਸੀਂ ਹੱਜ ਕੀਤਾ, ਉਹ ਅਜੇ ਤੱਕ ਮੈਂ ਖਾਬਾਂ 'ਚ ਫਿਰ ਵੇਖਦਾ ਯਾਰ ਅਬਦੁੱਲਾ ਦੁਬਾਰਾ ਬਾਰ ਬਾਰ ਸਾਨੂੰ ਹੱਜ ਕਰਵਾ। ਮੇਰੀ ਕੋਸ਼ਿਸ਼ ਮੈਂ ਆਪਣੀ ਵਾਲਦਾ ਨੂੰ, ਆਪਣੇ ਬੱਚਿਆਂ ਨੂੰ ਹੱਜ ਕਰਾਂ। ਠੀਕ ਹੋ, ਯਾਨੀ ਕਿ ਤੁਸੀਂ ਕਹਿਣ ਦਾ ਮਤਲਬ ਹੋ ਕਿ ਜਿਹੜਾ ਤੁਹਾਡਾ ਖਾਬ ਹੈਗਾ ਉਹ ਇਹੀ ਖਾਬ ਹੈਗਾ ਕਿ ਤੁਸੀਂ ਬਾਰ ਬਾਰ ਅੱਲਾ ਦੇ ਘਰ ਜਾ ਕੇ ਹੱਜ ਕਰੋ।
ਵਾਰ ਵਾਰ ਜੀ ਇਹੀ ਗੱਲ ਹੈ ਸਾਡਾ, ਇਹ ਮੁਸਲਮਾਨ ਦਾ ਖਾਬ ਵੀ ਇਹੀ ਹੁੰਦਾ ਕਿ ਅੱਲਾਹ ਸੋਹਣੇ ਦਾ ਘਰ ਜਾ ਕੇ ਵੇਖੋ, ਹੱਜ ਕਰੋ, ਇਬਾਦਤ ਕਰੋ। ਅਗਲਾ ਖਤ ਹੈਗਾ ਜੈਮੀ ਦਾ, ਜਮੀ ਜੈਮੀ ਮਿਸਟਰ ਜੈਮੀ ਜੈਮੀ, ਸ਼ੁਕਰੀਆ ਜਨਾਬ ਜੈਮੀ ਸਾਹਿਬ। ਜੈਮੀ ਸਾਹਿਬ ਕਹਿੰਦੇ ਨੇ ਕਿ ਜੀ ਮੈਂ ਤੁਹਾਡੀਆਂ ਸਲਾਮ ਪੇਸ਼ ਕਰਨਾ, ਬੜੀ ਸ਼ਾਨਦਾਰ ਤੁਹਾਡੀ ਵੀਡੀਓਜ਼ ਬਣਦੀ ਹੈਗੀਆਂ। ਵਾਲੇਕੁਮ ਸਲਾਮ ਜਨਾਬ, ਅਤੇ ਇਹਨਾਂ ਨੂੰ ਵੇਖਣ ਵੇਖ ਕੇ ਮੈਂ ਬੜਾ ਇੰਜੋਏ ਕਰਨਾ, ਲੁਤਫ ਉਠਾਉਂਦਾ ਹਾਂ। ਦੇਖੋ ਜੀ ਵੀਡੀਓ ਸਾਡੀ ਮਾਸ਼ਾਅੱਲਾ, ਇੱਕ ਤਾਂ ਸਾਡੇ ਬਲਕਿ ਆਪਣੇ ਬੱਚੇ ਬੜੇ ਖੁਸ਼ ਹੋ ਕੇ ਲੁਤਫ ਉਠਾਉਂਦੇ ਨੇ, ਜਿਹੜੇ ਸਾਨੂੰ ਆਡੀਅੰਸ ਮਿਲਦੇ ਨੇ ਉਹ ਵੀ ਬੜੀ, ਇਹਦਾ ਮਤਲਬ ਕਿ ਅਸੀਂ ਬੜੇ ਖੁਸ਼ ਨਸੀਬ ਹੈਗੇ ਹਾਂ ਕਿ ਸਾਨੂੰ ਲੋਕ ਆਡੀਅੰਸ ਬੜੇ ਪਸੰਦ ਕਰਦੇ ਨੇ। ਅਸੀਂ ਖਾਣੇ ਖਾਂਦੇ ਹਾਂ, ਮੁੱਲ ਪੈਣ ਜਾਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਇਹ ਵੀ ਇੱਕ ਜ਼ਿੰਦਗੀ ਦਾ ਇੱਕ ਇੰਜੋਏ ਮਾਹੌਲ ਹੈਗਾ, ਇਹ ਸਾਨੂੰ ਟਰੈਵਲ ਪੀਪਲ ਨੇ ਦਿੱਤਾ ਹੋਇਆ। ਅਤੇ ਆਡੀਅੰਸ ਦੀ ਮਿਹਰਬਾਨੀ ਦਾ ਸਾਨੂੰ ਯਾਦ ਕਰਦੇ ਨੇ, ਖਤ ਭੇਜਦੇ ਨੇ, ਤੋਹਫੇ ਭੇਜਦੇ ਨੇ, ਮੈਸੇਜ ਆਉਂਦੇ ਨੇ, ਬਾਬਾ ਸਾਨੂੰ ਬਿਲਕੁਲ ਯਕੀਨ ਉਹ ਸਾਡੇ ਦਿਲ ਦੀ ਖੁਆਇਸ਼ ਵੱਧਦੀ ਰਹਿੰਦੀ, ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਸਾਨੂੰ ਕੋਈ ਯਾਦ ਕਰਦਾ। ਅੱਛਾ ਆ ਗਿਆ ਹੈਗਾ ਜੋਡੀ, ਜੋਡੀ ਜਿਨ੍ਹਾਂ ਦਾ ਖਤ ਹੈਗਾ, ਕਹਿੰਦਾ ਜੀ ਆਪ ਹਮੇਸ਼ਾ ਹਮੇਸ਼ਾ ਮੈਨੂੰ ਐਨਰਜੀ ਦਿੰਦੇ ਹੋ, ਤਾਕਤ ਦਿੰਦੇ ਹੋ, ਖੁਸ਼ੀ ਦਿੰਦੇ ਹੋ, ਸਕੂਨ ਦਿੰਦੇ ਹੋ, ਤੁਹਾਡੀ ਹੱਸੀ ਮੈਨੂੰ ਬੜੀ ਖੁਸ਼ੀ ਦਿੰਦੀ ਹੈਗੀ ਹੈ। ਮੇਰੇ ਕੁਝ ਸਵਾਲ ਹੈ, ਤੁਸੀਂ ਬਚਪਨ ਦੀਆਂ ਕੋਈ ਯਾਦ ਹੈ ਕੋਈ ਜਿਹੜੀ ਕੋਈ ਅਸੀਂ ਯਾਦ ਜਿਹੜੀ ਤੁਹਾਨੂੰ ਅੱਜ ਵੀ ਖੁਸ਼ੀ ਦਿੰਦੀ ਹੈ, ਇੱਕ ਇਹ ਦੱਸੋ। ਦੂਸਰਾ ਦੱਸੋ ਕਿ ਸ਼ਾਮ ਦੇ ਟਾਈਮ ਤੁਸੀਂ ਸਕੂਨ ਅਤੇ ਖੁਸ਼ੀ ਵਾਸਤੇ ਕੀ ਕਰਦੇ ਹੋ, ਮਤਲਬ ਸ਼ਾਮ ਹੋਈ ਪੂਰਾ ਦਿਨ ਕੰਮ ਕੀਤਾ ਅਤੇ ਸ਼ਾਮ ਦੇ ਟਾਈਮ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕੀ ਐਕਟੀਵਿਟੀ ਕਰਦੇ ਹੋ, ਕੀ ਕੰਮ ਕਰਦੇ ਹੋ। ਤੀਸਰਾ ਸਵਾਲ ਉਹਨੇ ਪੁੱਛਿਆ ਕਿ ਪਹਿਲੇ ਨਹੀਂ ਸੁਣਾ ਲੇਕਿਨ ਤੁਸੀਂ ਦੱਸੋ ਸਾਨੂੰ ਸ਼ਾਦੀਸ਼ੁਦਾ ਹੋ, ਤੁਹਾਡੇ ਬੱਚੇ ਕਿੰਨੇ ਨੇ, ਦੁਆਵਾਂ ਅਤੇ ਮੁਹੱਬਤਾਂ ਹਮੇਸ਼ਾ। ਸਲਾਮ ਅਲੈਕੁਮ ਜੋਡੀ, ਜੋਡੀ ਸਾਹਿਬ ਦਾ ਮੈਸੇਜ। ਮਿਸਟਰ ਜੋਡੀ ਸਾਹਿਬ ਸ਼ੁਕਰੀਆ ਕਿ ਤੁਸੀਂ, ਪਹਿਲੇ ਤਾਂ ਜੀ ਮੈਂ ਸ਼ਾਦੀਸ਼ੁਦਾ, ਮਾਸ਼ਾਅੱਲਾ ਮੇਰੇ 5 ਬੇਟੇ ਨੇ। ਬਾਕੀ ਜਿਹੜਾ ਯਾਰ ਮੈਂ ਸ਼ਾਮ ਦਾ ਸਕੂਨ ਕਰਨਾ, ਅਸਲ ਜ਼ੋਹਰ 5 ਵਕਤ ਨਮਾਜ਼ ਪੜ੍ਹ, ਜਦੋਂ ਹੱਜ ਕੀਤਾ ਹੈ 5 ਵਕਤ ਨਮਾਜ਼ ਪੜ੍ਹਨਾ, ਨਮਾਜ਼ ਸਭ ਤੋਂ ਵੱਡਾ ਜ਼ਿੰਦਗੀ ਦਾ ਸਕੂਨ ਹੈਗਾ। ਜਦੋਂ ਅਸੀਂ ਇਸ਼ਾ ਹੀ ਨਮਾਜ਼ ਪੜ੍ਹ ਕੇ ਫਿਰ ਬੱਚਿਆਂ ਨਾਲ ਖੇਡ ਖੂਡ ਕੇ ਸੋ ਜਾਈਦਾ ਅੱਲਾਹ ਦਾ ਨਾਮ ਲੈ ਕੇ, ਕਿਉਂਕਿ ਜੇ ਨਮਾਜ਼ ਹੈਗੀ ਇਨਸਾਨ ਦੀ ਥਕਾਵਟ ਬੋਝ ਸਾਰੇ ਲਾ ਦਿੰਦੀ ਹੈ, ਜ਼ਿਹਨ ਬਿਲਕੁਲ ਫਰੈਸ਼ ਹੋ ਜਾਂਦਾ। ਅੱਲਾਹ ਦਾ ਖੈਰ ਸੁਬਹਾ ਸੁਬਹਾ ਖੈਰ ਸੁਬਹਾ ਹੁੰਦੀ ਹੈ, ਫਿਰ ਨਮਾਜ਼ ਪੜ੍ਹੀ ਜੇ, ਫਿਰ ਜੋ ਦੁਨੀਆਦਾਰੀ ਹੈ ਉਹ ਵੀ ਕੰਮ ਚੱਲਦਾ ਰਹਿੰਦਾ ਹੈ। ਕੋਈ ਘੰਟਾ ਦੋ ਘੰਟੇ ਬੱਚਿਆਂ ਨੂੰ ਜਾ ਕੇ ਦੇਈਦਾ ਹੈ, ਫਿਰ ਨਮਾਜ਼, ਫਿਰ ਅੱਲਾਹ ਦਾ ਖੈਰ ਸੁਬਹਾ। ਸਭ ਖੈਰ ਖਰੀਦਾ ਵਕਤ ਇਹ ਪਾਸ ਹੋ ਰਿਹਾ। ਅੱਲਾਹ ਤਾਲਾ ਸਭ ਤੋਂ ਵੱਡੀ ਗੱਲ ਹੈ ਕਿ ਅੱਲਾਹ ਤਾਲਾ ਤੁਹਾਨੂੰ ਵੀ ਤੰਦਰੁਸਤੀ ਦੇਵੇ ਅਤੇ ਸਾਨੂੰ ਵੀ, ਸਭ ਤੋਂ ਵੱਡੀ ਗੱਲ ਤੰਦਰੁਸਤੀ ਇੱਕ ਅਮੋਲ ਤੋਹਫਾ ਹੈਗਾ ਅੱਲਾਹ ਤਾਲਾ ਦਾ। ਗੁਲਸ਼ੇਰ ਭਾਈ ਅੱਜ ਤੁਹਾਨੂੰ ਸ਼੍ਰੀ ਰਾਮ, ਰੋਬਰਟ, ਸਟੀਫਨ, ਡੌਨ, ਕੈਟਸ, ਜੈਮੀ, ਜੋਡੀ ਇਹਨਾਂ ਸਭ ਦੇ ਖਤ ਪੜ੍ਹ ਕੇ ਸੁਣਾਏ, ਇਹਨਾਂ ਸਭ ਨੂੰ ਗੁਲਸ਼ੇਰ ਭਾਈ ਨੇ ਜਵਾਬ ਦਿੱਤਾ, ਤੁਹਾਡੇ ਸਵਾਲਾਂ ਦਾ ਬਹੁਤ ਸ਼ੁਕਰੀਆ। ਤੁਸੀਂ ਖਤੂਤ ਭੇਜੇ ਗੁਲਸ਼ੇਰ ਭਾਈ ਕੋ ਪੁੱਛਣ ਲਈ, ਤੁਸੀਂ ਹੋਰ ਵੀ ਸਾਥੀ ਜਿਹੜੇ ਇਹਨਾਂ ਕੋਲ ਪੁੱਛਣਾ ਚਾਹੁੰਦੇ ਹੋ ਕੋਈ ਵੀ ਸਵਾਲ, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗੱਲ ਜਿਹੜੀ ਇਹਨਾਂ ਦੀ ਸੋਚ, ਕੀ ਸੋਚਦੇ ਨੇ, ਕਿਸ ਤਰ੍ਹਾਂ ਰਹਿੰਦੇ ਨੇ, ਕੀ ਕਰਦੇ ਨੇ, ਇਹਦੇ ਬਾਰੇ ਤੁਸੀਂ ਮੈਸੇਜ ਦੇ ਜ਼ਰੀਏ ਜਾਂ ਖਤੂਤ ਦੇ ਜ਼ਰੀਏ, ਈਮੇਲ ਦੇ ਜ਼ਰੀਏ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਅਸੀਂ ਬਕਾਇਦਾ ਤੁਹਾਡੇ ਕੁਐਸਚਨ ਦੀ ਵੀਡੀਓ ਬਣਾ ਕੇ ਜਨਾਬ ਕੋ ਸਵਾਲ ਪੁੱਛ ਕੇ ਇਹਨਾਂ ਦਾ ਜਵਾਬ ਲਾਈਵ ਤੁਹਾਨੂੰ ਜਿਹੜਾ ਰਿਕਾਰਡ ਕਰਾਂਗੇ ਅਤੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਇਨਸ਼ਾਅੱਲਾ। ਠੀਕ ਹੈ ਗੁਲਸ਼ੇਰ ਭਾਈ, ਇਨਸ਼ਾਅੱਲਾ ਜੀ ਇਹਨਾਂ ਸਾਰਿਆਂ ਦਾ ਅਸੀਂ ਦੋਨੋਂ ਹੱਥੇ ਸਲੂਟ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਨੂੰ ਯਾਦ ਕੀਤਾ। ਤੁਸੀਂ ਆਪਣੇ ਇੰਨੇ ਕੀਮਤੀ ਟਾਈਮ ਕੱਢ ਕੇ ਸਾਨੂੰ ਤੁਸੀਂ ਖਤੂਤ ਭੇਜੇ ਨਾ, ਇਸ ਚੀਜ਼ ਦੀ ਸਾਨੂੰ ਬੜੀ ਕਦਰ ਹੈ, ਦਿਲ ਨਾਲ ਅਸੀਂ ਉਹਦੀ ਰਿਸਪੈਕਟ ਕਰਦੇ ਹੈਗੇ ਹਾਂ। ਬੜੀ ਖੁਸ਼ੀ ਹੁੰਦੀ ਹੈ ਜਨਾਬ ਕਿ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ, ਹਰ ਵਕਤ ਬਚਾਈ ਰੱਖੇ। ਅਸੀਂ ਤਾਂ ਹਮੇਸ਼ਾ ਦੁਆ ਕਰਾਂਗੇ
ਔਰ ਐਂਦਾ ਵੀ ਉਮੀਦ ਰੱਖਾਂਗੇ ਸਾਨੂੰ ਬੜੇ ਅੱਛੇ ਅੱਛੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ, ਅੱਛੇ ਅੱਛੇ ਖੱਤ ਆਇਆ ਕਰਨਗੇ, ਜੇ ਸਾਨੂੰ ਪੜ੍ਹ ਕੇ ਬੜੀ ਖੁਸ਼ੀ ਹੁੰਦੀ ਹੈ ਜੀ ਜ਼ਰੂਰ। ਅਤੇ ਤੁਸੀਂ ਆਪਣਾ ਢੇਰ ਸਾਰਾ ਖਿਆਲ ਰੱਖੋ। ਵੰਸ ਅਗੇਨ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਵੀਡੀਓ ਦੇਖੀ, ਤੁਸੀਂ ਆਪਣੇ ਦੋਸਤਾਂ ਤੱਕ ਵੀ ਸ਼ੇਅਰ ਕਰ ਸਕਦੇ ਹੋ, ਅਤੇ ਤੁਸੀਂ ਇਸ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਮਜ਼ੀਦ ਸਬਸਕ੍ਰਾਈਬ ਕਰਨ, ਸ਼ੇਅਰ ਕਰਨ, ਅਤੇ ਦੋਸਤਾਂ ਤੱਕ ਵੀ ਉਹਨਾਂ ਨੂੰ ਪਹੁੰਚਾਉਣ। ਸਾਡੇ ਸਭ ਸਾਥੀਆਂ ਵੱਲੋਂ ਤੁਹਾਨੂੰ ਦਿਲੀ ਮੁਹੱਬਤ, ਪਿਆਰ, ਸਲਾਮ, ਆਪਣਾ ਖਿਆਲ ਰੱਖਣਾ, ਅਸਲਾਮ।